ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਜੁਗਰਾਜਦੀਪ ਸਿੰਘ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਵਿੱਚ ਸਵਾਗਤ ਕਰਦਾ। ਇਸ ਸ਼ੋਅ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੇਸ਼ ਵਿਦੇਸ਼ ਦੇ ਕੁਝ ਉਹਨਾਂ ਮੁੱਦਿਆਂ ਨੂੰ ਛੂਹਿਆ ਜਾਵੇ ਜਿਨ੍ਹਾਂ ਦਾ ਸਾਡੇ ਤੁਹਾਡੇ ਜੀਵਨ 'ਤੇ ਕੋਈ ਨਾ ਕੋਈ ਅਸਰ ਜ਼ਰੂਰ ਹੁੰਦਾ। ਅੱਜ ਵੀ ਅਜਿਹੇ ਕੁਝ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ। ਸੋ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਨੂ ਸਰ, ਤੁਹਾਡਾ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਗੱਲਬਾਤ ਦੀ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਆਮ ਆਦਮੀ ਪਾਰਟੀ ਤੋਂ। ਅਕਸਰ ਹੀ ਇਹ ਸੁਰਖੀਆਂ ਦਾ ਹਿੱਸਾ ਬਣਦੀ ਰਹਿੰਦੀ, ਕੋਈ ਨਾ ਕੋਈ ਕਦੇ ਵਿਧਾਇਕਾਂ ਦੀ ਤਕਰਾਰ ਚੱਲ ਪੈਂਦੀ ਹੈ, ਕਦੇ ਕੋਈ ਹੋਰ ਕਿਸੇ ਪਾਰਟੀ ਨਾਲ ਪੰਗਾ ਇਹਨਾਂ ਦਾ ਚੱਲਦਾ ਰਹਿੰਦਾ। ਹੁਣ ਕੁਮਾਰ ਵਿਸ਼ਵਾਸ ਦਾ ਕਾਫੀ ਜਿਹੜਾ ਰੌਲਾ ਹੈ, ਇਹਨੇ ਪਾਰਟੀ ਨੂੰ ਇੱਕ ਵਾਰ ਤਾਂ ਦੁਫਾੜ ਕਰ ਦਿੱਤਾ ਸੀ, ਪਰ ਅਰਵਿੰਦ ਕੇਜਰੀਵਾਲ ਹੁਣ ਮਨਾ ਕੇ ਵਾਪਸ ਉਹਨਾਂ ਨੂੰ ਪਾਰਟੀ ਵਿੱਚ ਲਾਏ ਨੇ। ਉੱਧਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਹੁਣ ਕਨਵੀਨਰ ਨੇ ਗੁਰਪ੍ਰੀਤ ਸਿੰਘ ਘੁੱਗੀ, ਉਹਨਾਂ ਨੂੰ ਵੀ ਲਾਹੌਣ ਵਾਸਤੇ ਕਈ ਵਿਧਾਇਕ ਇਕੱਠੇ ਹੋਏ ਫਿਰਦੇ ਨੇ। ਅੱਗੇ ਦਾ ਇਹਨਾਂ ਦਾ ਫਿਊਚਰ ਕਿਹੋ ਜਿਹਾ ਦਿਖ ਰਿਹਾ ਤੁਹਾਨੂੰ ਆਮ ਆਦਮੀ ਪਾਰਟੀ ਦਾ? ਦੇਖੋ, ਗੱਲ ਇਹ ਆ ਕਿ ਮੈਂ ਪਿਛਲੇ ਸਾਲ ਇੱਕ ਵਾਰੀ ਇਹ ਗੱਲ ਕਹਿ ਦਿੱਤੀ ਅਤੇ ਬਹੁਤ ਸਾਰੇ ਲੋਕਾਂ ਦੀਆਂ ਸਾਨੂੰ ਰੋਸ ਦੀਆਂ ਈਮੇਲਸ ਆਈਆਂ ਜੀ, ਜਿਹਦੇ 'ਚ ਮੈਂ ਕਿਹਾ ਸੀ ਕਿ ਜਿੱਦਾਂ ਇੱਕ ਲਸ਼ਕਰ ਜਿਹਾ ਹੁੰਦਾ, ਇਨਡਿਸਿਪਲਿਨਡ ਆਰਮੀ ਇਕੱਠੀ ਕੀਤੀ ਹੁੰਦੀ ਪਿੰਡ 'ਚੋਂ, ਝੰਡਾ ਦੇ ਕੇ ਪਿੰਡਾਂ 'ਚੋਂ ਕਿ ਆ ਜਾਓ ਆ ਜਾਓ ਆ ਜਾਓ ਜੰਗ ਲੜਨ ਜਾਣਾ ਜੀ, ਇੱਦਾਂ ਦੀ ਇਨਡਿਸਿਪਲਿਨਡ ਆਰਮੀ ਆ। ਅਤੇ ਦੂਜੀ ਗੱਲ ਮੈਂ ਕਹੀ ਸੀ ਕਿ ਕਦੇ ਕਦੇ ਨਾ ਕਮਲਿਆਂ ਦਾ ਟੱਬਰ ਜਾਪਦਾ, ਲੋਕਾਂ ਦੀ ਇਹਨਾਂ ਵਾਸਤੇ ਗੁੱਡਵਿਲ ਸੀ, ਲੋਕਾਂ ਦਾ ਇਹਨਾਂ ਵਾਸਤੇ ਮੋਹ ਹੈਗਾ ਸੀ, ਕਿਉਂਕਿ ਲੋਕ ਕੋਈ ਨਵੀਂ ਕਿਸਮ ਦੀ ਰਾਜਨੀਤੀ ਚਾਹੁੰਦੇ ਆ। ਬਿਲਕੁਲ, ਇਹ ਉਸ ਮੋਹ ਨੂੰ ਪਛਾਣ ਨਹੀਂ ਸਕੇ ਜੀ। ਆਪੋ ਵਿੱਚ ਇਹਨਾਂ ਨੇ ਸ਼ੁਰੂ ਵਿੱਚ ਹੀ ਲੜਨਾ ਭਿੜਨਾ ਸ਼ੁਰੂ ਕਰਤਾ, ਅਜੇ ਪਾਰਟੀ ਬਣੇ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ। ਪਹਿਲੀ ਚੋਣ ਲੜੀ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮਤਭੇਦ ਇੱਕ ਨੁਕਤੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਸਰਕਾਰ ਮਨਮੋਹਨ ਸਿੰਘ ਵਾਲੀ ਸੀ ਉਹਦੇ ਖਿਲਾਫ਼ ਧਰਨਾ ਮਾਰਤਾ 4 ਡਿਗਰੀ ਟੈਂਪਰੇਚਰ ਦੇ ਵਿੱਚ ਜੀ। ਸਾਰੀ ਰਾਤ ਸੜਕ 'ਤੇ ਲੰਮਾ ਪਿਆ ਰਿਹਾ ਦਿੱਲੀ ਦਾ ਮੁੱਖ ਮੰਤਰੀ ਜੀ, ਉਦੋਂ ਇਹ ਮੁੱਖ ਮੰਤਰੀ ਸੀਗਾ। ਬਿਲਕੁਲ, ਅੱਗੋਂ 26 ਜਨਵਰੀ ਸੀ, ਸਾਰੇ ਦੇਸ਼ 'ਚ ਰੌਲਾ ਪੈ ਗਿਆ ਜੀ 26 ਜਨਵਰੀ ਖਰਾਬ ਕਰਨੀ ਚਾਹੁੰਦਾ। ਸਮਝੌਤਾ ਹੋਇਆ ਅਤੇ ਸਮਝੌਤਾ ਕਰਾਉਣ ਵਾਲੇ ਜਿਹੜੇ ਜੋਗਿੰਦਰ ਯਾਦਵ ਹੋਰੀ ਸੀ ਉਹ ਨਾਰਾਜ਼ ਹੋ ਗਏ ਜੀ। ਉਹ ਦੂਜੀ ਵਾਰੀ ਮੁੱਖ ਮੰਤਰੀ ਬਣਿਆ ਅਤੇ ਬਣਦੇ ਸਾਰੇ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਂਤ ਭੂਸ਼ਣ ਜੋਗਿੰਦਰ ਯਾਦਵ ਸਾਰੇ ਪਾਰਟੀ 'ਚੋਂ ਕੱਢ ਦਿੱਤੇ ਗਏ ਜੀ। ਕੇਜਰੀਵਾਲ ਨੇ ਆਖਿਆ ਮੈਂ ਇਹਨਾਂ ਨਾਲ ਚੱਲ ਨਹੀਂ ਸਕਦਾ। ਪੰਜਾਬ ਦੀ ਪਾਰਟੀ ਬਣੀ ਅਤੇ ਸਾਰੀ ਪੰਜਾਬ ਦੀ ਪਾਰਟੀ 'ਤੇ ਭਰੋਸਾ ਨੇ, ਦਿੱਲੀ ਤੋਂ 2 ਲਟੌਰ ਸੰਖ ਭੇਜ ਦਿੱਤੇ ਜੀ। ਉਹਨਾਂ ਨੇ ਆ ਕੇ ਔਖੇ ਦਿਨਾਂ ਦਾ ਆਗੂ ਸੁੱਚਾ ਸਿੰਘ ਛੋਟੇਪੁਰ ਕੱਢਤਾ ਜੀ। ਸਾਡੇ ਪੰਜਾਬ 'ਚ ਮੁਹਾਵਰਾ ਕਿ ਸਾਵਣ ਮੱਝੀ ਉਹਦੀਆਂ ਜਿਹੜਾ ਹਾੜੋਂ ਕੱਢੇ, ਕਿਉਂਕਿ ਹਾੜ 'ਚ ਪੱਠੇ ਨਹੀਂ ਮਿਲਦੇ। ਜਿਹੜਾ ਉਹਨਾਂ ਦਿਨਾਂ ਦੇ ਵਿੱਚ ਔਖੇ ਸੌਖੇ ਮੱਝਾਂ ਪਾਲ ਲੈਂਦਾ, ਸਾਉਣ 'ਚ ਫਿਰ ਉਹਦੀਆਂ ਆਉਂਦੀਆਂ, ਸਾਉਣ 'ਚ ਬਥੇਰਾ ਕੁਝ ਜੀ। ਇੱਥੇ ਜਦੋਂ ਸੌਖੇ ਦੌਣ ਦਿਨ ਆਉਣ ਲੱਗੇ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਤਾ, ਜਿਹਨੇ ਔਖੇ ਦਿਨਾਂ 'ਚ ਸੰਭਾਲਿਆ ਸੀ ਜੀ। ਫਿਰ ਚੱਲਦੀ ਵਿਧਾਨ ਸਭਾ ਦੀ ਚੋਣ ਮੁਹਿੰਮ ਦੇ ਵਿੱਚ ਮੁੱਖ ਮੰਤਰੀ ਦੇ ਸਵਾਲ 'ਤੇ ਆਪੋ 'ਚ ਬਿਆਨਬਾਜ਼ੀ ਸ਼ੁਰੂ ਹੋ ਗਈ। ਸਭ ਤੋਂ ਵੱਧ ਠਰਮੇ ਨਾਲ ਦੋ ਬੰਦੇ ਬੋਲਦੇ ਰਹੇ ਜੀ, ਇੱਕ ਗੁਰਪ੍ਰੀਤ ਘੁੱਗੀ ਜਿਹੜਾ ਨਵਾਂ ਕਨਵੀਨਰ ਬਣਾਇਆ ਸੀ ਅਤੇ ਦੂਸਰਾ HS ਫੂਲਕਾ ਜੀ। ਹੁਣ ਦਿੱਲੀ ਦੇ ਵਿੱਚ ਇਸ ਵੇਲੇ ਰੌਲਾ ਪਿਆ ਜਿਹੜਾ ਕੁਮਾਰ ਵਿਸ਼ਵਾਸ ਹੈ, ਕਵੀ ਆ ਜੀ, ਉਹਦਾ ਇੱਕ ਆਪਣਾ ਫੀਲਡ ਆ ਰਾਜਨੀਤੀ, ਉਹਨੂੰ ਫਿੱਟ ਨਹੀਂ ਆਉਂਦੀ ਜਾਂ ਉਹ ਰਾਜਨੀਤੀ ਨੂੰ ਫਿੱਟ ਨਹੀਂ ਆਉਂਦਾ ਜੀ। ਰਾਹੁਲ ਗਾਂਧੀ ਦੇ ਗਿਆ ਮੁਕਾਬਲੇ ਬੜੇ ਮਸ਼ਹੂਰ ਹੋ ਤੁਮ ਵੀ, ਬੜੇ ਮਸ਼ਹੂਰ ਹੈ ਹਮ ਵੀ ਮੁਕਾਬਲੇ ਕਰਦਾ ਗਿਆ ਜੀ। ਵੋਟਾਂ ਪਈਆਂ, ਆਏ ਨੂੰ ਪੁੱਛਿਆ ਕਿ ਤੂੰ ਉੱਥੇ ਅਮੇਠੀ 'ਚ ਹਾਰ ਗਿਆ, ਕਹਿੰਦਾ ਮੈਂ ਹਾਰਿਆ ਥੋੜ੍ਹਾ, ਜਿੱਤਿਆ ਰਾਹੁਲ ਗਾਂਧੀ, ਹਾਰ ਗਈ ਸਿਮਰਤੀ ਇਰਾਨੀ, ਮੈਨੂੰ ਤਾਂ ਅਮੇਠੀ ਦੇ ਲੋਕਾਂ ਨੇ ਰਿਜੈਕਟ ਕਰਕੇ ਭੇਜਿਆ, ਮੈਂ ਤਾਂ ਅੱਗੇ ਤੋਂ ਉੱਥੇ ਵੜਨਾ ਨਹੀਂ। ਇਹਨੂੰ ਪੁੱਛਿਆ ਗਿਆ ਕਿ ਅੱਜ ਕੱਲ੍ਹ ਤੂੰ ਨਰਿੰਦਰ ਮੋਦੀ ਦੇ ਖਿਲਾਫ਼ ਬੋਲਦਾ, ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਹੁੰਦਾ ਸੀ ਤੂੰ ਉੱਥੇ ਇੱਕ ਜਲਸੇ 'ਚ ਕਹਿ ਕੇ ਆਇਆ ਸਾਂ ਕਿ ਸਾਡੀ ਕਾਮਨਾ ਕਿ ਪ੍ਰਧਾਨ ਮੰਤਰੀ ਬਣੇ ਜੀ। ਕਹਿੰਦਾ ਮੰਦਰ 'ਚ ਆਏ ਕੋਈ ਬੰਦੇ ਨੇ ਜਿੱਦਾਂ ਮੱਥਾ ਟੇਕਿਆ ਹੋਵੇ, ਮੰਦਰ ਦਾ ਪੁਜਾਰੀ ਸਾਰਿਆਂ ਨੂੰ ਆਖੀ ਜਾਂਦਾ ਤੇਰੀ ਮਨੋਕਾਮਨਾ ਪੂਰੀ ਹੋਵੇ, ਉਹ ਇਹ ਥੋੜ੍ਹਾ ਪੁੱਛਦਾ ਕਿ ਤੂੰ ਚੋਰ ਆ ਕਿ ਲੁਟੇਰਾ ਜੀ। ਮੈਂ ਕਵੀ ਸਾਂ, ਉੱਥੇ ਕਵੀ ਸੰਮੇਲਨ 'ਚ ਗਿਆ, ਸਾਰੇ ਕਹਿੰਦੇ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ, ਮੈਂ ਇਹ ਥੋੜ੍ਹਾ ਪੁੱਛਿਆ ਕਿੱਦਾਂ ਦਾ, ਮੈਂ ਆਖਿਆ ਚੱਲ ਬਣ ਜਾ, ਮੈਂ ਵੀ ਆਸ਼ੀਰਵਾਦ ਦੇ ਤਾ ਜੀ। ਇਹ ਨਾਨ ਸੀਰੀਅਸ ਗੱਲਾਂ ਕਰਦਾ ਸੀ ਜੀ। ਹੁਣ ਵੀ ਇਹਨੇ ਨਾਨ ਸੀਰੀਅਸ ਗੱਲਾਂ ਜਨਤਾ ਵਿੱਚ ਜਾ ਕੇ, ਪ੍ਰੈਸ ਵਿੱਚ ਜਾ ਕੇ ਕਰਤੀਆਂ। ਅਮਾਨਤੁੱਲਾ ਖਾਨ ਨੇ ਵਿਰੋਧ ਕੀਤਾ ਜੀ ਕਿ ਜਨਤਾ 'ਚ ਇੱਦਾਂ ਦੀਆਂ ਗੱਲਾਂ ਕਰਨ ਦਾ ਮਤਲਬ ਤੁਸੀਂ ਬੀਜੇਪੀ ਦੀ ਮਦਦ ਕਰਨੀ ਚਾਹੁੰਦੇ, ਬੀਜੇਪੀ ਦੇ ਏਜੰਟੀ ਆ, ਰੁਸ ਕੇ ਘਰ ਬਹਿ ਗਿਆ ਜੀ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੋਵੇਂ ਜਣੇ ਘਰੋਂ ਮਨਾ ਕੇ ਲਿਆਏ, ਸਾਰੀ ਰਾਤ ਮਨਾਉਂਦੇ ਰਹੇ, ਅਖੀਰ ਮੰਨ ਗਿਆ ਇਹ ਸ਼ਰਤ 'ਤੇ ਕਿ ਅਮਾਨਤੁੱਲਾ ਖਾਨ ਨੂੰ ਸਸਪੈਂਡ ਕਰੋ
ਕਸੂਰ ਤਾਂ ਉਹਦਾ ਹੈ ਨਹੀਂ ਕੋਈ, ਪਰ ਉਹ ਸਸਪੈਂਡ ਕਰਤਾ ਜੀ, ਉਹ ਸਸਪੈਂਡ ਹੋ ਕੇ ਵੀ ਪਾਰਟੀ ਦੇ ਨਾਲ, ਇਹਨੂੰ ਰਾਜਸਥਾਨ ਦਾ ਇੰਚਾਰਜ ਬਣਾ ਤਾ, ਪਤਾ ਨਹੀਂ ਉੱਥੇ ਵੀ ਕਵਿਤਾ ਕੁਵਤਾ ਸੁਣਾਵੇਗਾ ਕਿ ਕੁਛ ਕਰੇਗਾ ਜੀ। ਇੱਧਰ ਪੰਜਾਬ 'ਚ ਚਾਰ ਗਰੁੱਪ ਬਣੇ ਫਿਰਦੇ, ਇੱਕ ਗਰੁੱਪ ਤਾਂ ਐਚ ਐਸ ਫੂਲਕਾ ਦਾ ਜਿਹੜਾ ਲਗਾਤਾਰ ਫੀਲਡ ਵਿੱਚ ਕੰਮ ਕਰ ਰਿਹਾ, 12-14 MLA ਨਾਲ ਲੈ ਕੇ ਅਤੇ ਪੰਜਾਬ ਯਾਤਰਾ ਕਰਦਾ, ਲੋਕਾਂ ਤੋਂ ਦੁੱਖ ਦਰਦ ਪੁੱਛਦਾ ਫਿਰਦਾ ਅਗਲੀ ਵਾਰੀ ਅਸੈਂਬਲੀ 'ਚ ਮੁੱਦੇ ਉਠਾਉਣ ਵਾਸਤੇ ਜੀ। ਉਹ ਪਾਰਟੀ ਦੀ ਗੁੱਟਬੰਦੀ ਬਾਰੇ, ਅਰਵਿੰਦ ਕੇਜਰੀਵਾਲ ਕੁਮਾਰ ਵਿਸ਼ਵਾਸ ਬਾਰੇ ਕੁਝ ਬੋਲਦਾ ਹੀ ਨਹੀਂ ਜੀ। ਦੂਸਰਾ ਪਤਾ ਨਹੀਂ ਉਹਦੇ ਨਾਲ ਬੰਦੇ ਕਿੰਨੇ ਆ ਕਿੰਨੇ ਨਹੀਂ, ਕਹਿੰਦੇ ਆ ਜੀ ਸੁਖਪਾਲ ਸਿੰਘ ਖਹਿਰੇ ਦਾ ਗਰੁੱਪ ਹੈ। ਸੁਖਪਾਲ ਸਿੰਘ ਖਹਿਰੇ ਨੇ ਤਾਂ ਕਦੇ ਆਖਿਆ ਨਹੀਂ ਮੇਰਾ ਗਰੁੱਪ ਹੈ, ਪਰ ਲੋਕ ਕਹਿੰਦੇ ਗਰੁੱਪ ਹੈ ਜੀ। ਉਹਦੇ ਉੱਤੇ ਵੀ ਦਾਗ ਕੋਈ ਨਹੀਂ ਲੱਗਦਾ, ਫੂਲਕੇ 'ਤੇ ਵੀ ਦਾਗ ਕੋਈ ਨਹੀਂ ਲੱਗਦਾ ਜੀ, ਦੋਵੇਂ ਮਿਲ ਕੇ ਚੱਲਣ ਤਾਂ ਵਧੀਆ। ਪਰ ਇੰਝ ਲੱਗਦਾ ਕਿ ਜੇ ਉਹਨਾਂ ਦੇ ਗਰੁੱਪ ਨਹੀਂ ਵੀ ਤਾਂ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਜੀ, ਪਾਸੇ ਤੋਂ ਕੁਝ ਬੰਦੇ ਕਰ ਰਹੇ ਤਾਂ ਕਿ ਦੋਵੇਂ ਲੜਨ। ਤੀਸਰਾ ਗਰੁੱਪ ਕੁਛ ਉਹਨਾਂ ਬੰਦਿਆਂ ਦਾ ਜਿਹੜੇ ਇੱਕ ਦਿਨ ਖਬਰ ਆਉਂਦੀ ਆ ਕਿ ਚੋਰੀ ਛਪੇ ਕੈਪਟਨ ਅਮਰਿੰਦਰ ਸਿੰਘ ਦੇ OSD ਨੂੰ ਮਿਲੇ ਆ, ਅਤੇ ਉਹ ਸਾਰਾ ਗਰੁੱਪ ਬਣਾਉਂਦੇ ਪਏ ਆ ਕਿ ਅਸੀਂ ਕਾਂਗਰਸ ਵਿੱਚ ਚੱਲਣਾ ਜੀ। ਨਾਲ ਉਸ ਗਰੁੱਪ ਦੀ ਖਬਰ ਆਉਂਦੀ ਆ ਕਿ ਉਹ ਕਹਿੰਦੇ ਗੁਰਪ੍ਰੀਤ ਘੁੱਗੀ ਨੂੰ ਲਾ ਦੇਣਾ ਜੀ। ਗੁਰਪ੍ਰੀਤ ਵਿਚਾਰਾ ਐਡੀ ਵੱਡੀ ਚੋਣ ਲੜ ਕੇ ਵੀ ਥੋੜ੍ਹੀਆਂ ਜਿਹੀਆਂ ਵੋਟਾਂ 'ਤੇ ਭਾਵੇਂ ਹਾਰ ਗਿਆ, ਅਜੇ ਤੱਕ ਉਹਨੂੰ ਵੜਿਆ 'ਚ ਕੋਈ ਨਹੀਂ ਮੰਨਦਾ, ਉਹਨੂੰ ਘੁੱਗੀ ਆਖੀ ਜਾਂਦੇ, ਕਮੇਡੀਅਨ ਬਣਾਇਆ ਜੀ, ਉਹਨੇ ਮਿਹਨਤ ਕੀਤੀ ਆ, ਉਸ ਬੰਦੇ ਨੂੰ ਨਾ ਰੱਖਿਆ ਨਾ ਚਾਹੀਦਾ, ਕੋਈ ਸ਼ੱਕ ਨਹੀਂ। ਇੱਕ ਚੌਥਾ ਗਰੁੱਪ ਹੈ ਭਗਵੰਤ ਮਾਨ ਅਤੇ ਉਹਦੇ ਸਾਥੀਆਂ ਦਾ। ਭਗਵੰਤ ਇਸ ਵੇਲੇ ਥੋੜ੍ਹਾ ਜਿਹਾ ਜਿਵੇਂ ਫਰਸਟ੍ਰੇਸ਼ਨ ਦਾ ਸ਼ਿਕਾਰ ਜਾਪਦਾ, ਉਸ ਦਿਨ ਦਾ ਬੋਲਦਾ ਕਿਤੇ ਨਹੀਂ, ਬੱਚਿਆਂ ਕੋਲ ਗਿਆ, ਉਹਨੂੰ ਖੁੱਲ੍ਹ ਕੇ ਫੀਲਡ ਵਿੱਚ ਆਉਣਾ ਚਾਹੀਦਾ। ਜਿਹੜਾ ਬਾਹਰ ਪ੍ਰਚਾਰ ਹੋ ਰਿਹਾ ਕਿ ਉਹ ਕਾਂਗਰਸ ਵਿੱਚ ਜਾ ਰਿਹਾ ਕਿਉਂਕਿ ਪੁਰਾਣੀ ਸਾਂਝ ਮਨਪ੍ਰੀਤ ਸਿੰਘ ਬਾਦਲ ਨਾਲ ਹੈਗੀ ਆ ਜੀ, ਅਤੇ ਮਨਪ੍ਰੀਤ ਬਾਦਲ ਨੇ ਲੈ ਜਾਣਾ, ਮੈਨੂੰ ਨਹੀਂ ਪਤਾ ਉੱਥੇ ਜਾ ਕੇ ਵੀ ਇਕੱਠੇ ਨਿਭਣਗੇ ਕਿ ਨਹੀਂ ਨਿਭਣਗੇ। ਪਹਿਲਾਂ ਪਾਰਟੀ ਇਕੱਠੇ ਹੁੰਦੇ ਸਨ ਪੀਪਲਸ ਪਾਰਟੀ 'ਚ ਜੀ, ਫਿਰ ਇਹਨੂੰ ਆਮ ਆਦਮੀ ਪਾਰਟੀਆਂ ਨੇ ਲਿਆ, ਉਹਨੂੰ ਨਹੀਂ ਲਿਆ ਜੀ। ਕੁਝ ਲੋਕ ਕਹਿੰਦੇ ਆ ਜੀ ਉਹਨੂੰ ਲੈਣ ਨੂੰ ਤਿਆਰ ਸੀ, ਤਿੰਨੇ ਆਖਿਆ ਸੀ ਨਾ ਲਓ, ਪਤਾ ਨਹੀਂ ਗੱਲ ਕੀ ਹੋਵੇ ਜੀ ਜੀ। ਸੱਚਾਈ ਇਹ ਆ ਕਿ ਉਹਨੂੰ ਨਹੀਂ ਲਿਆ, ਉਹ ਕਾਂਗਰਸ ਵਿੱਚ ਚਲਾ ਗਿਆ, ਉਸੇ ਕਾਂਗਰਸ ਵਿੱਚ ਚਲਾ ਗਿਆ ਜਿਹਨੂੰ ਪਹਿਲਾਂ 15 ਸਾਲ ਭੰਡਦਾ ਰਿਹਾ ਸੀ। ਬਿਲਕੁਲ, ਕਾਂਗਰਸ ਵਾਲਿਆਂ ਨੇ ਆਖਿਆ ਜੀ ਬੰਦਾ ਗੁਣੇ ਗਿਆਨੀ ਹੈ, ਸਾਨੂੰ ਤਾਂ ਮਨਮੋਹਨ ਸਿੰਘ ਤੋਂ ਬਾਅਦ ਜਾਪਦਾ ਵੀ ਇਹ ਬੰਦਾ ਹੀ ਇਹ ਆ ਜਿਹਨੂੰ ਇਕਾਨਮੀ ਦੀ ਸਮਝ ਆ, ਉਹਨਾਂ ਨੇ ਉਹਨੂੰ ਖਜ਼ਾਨਾ ਮੰਤਰੀ ਬਣਾਤਾ ਜੀ। ਉੱਦਾਂ ਉਹਦੀਆਂ ਪਾਲਿਸੀਆਂ ਕਿੰਨੀਆਂ ਕਿ ਕਾਂਗਰਸ ਨੂੰ ਫਿੱਟ ਆਉਂਦੀਆਂ, ਜੇ ਸਮਾਂ ਦੱਸੂਗਾ ਜੀ। ਪਰ ਹੁਣ ਇਹ ਜਿਹੜੇ ਬਾਕੀ ਬੰਦੇ ਬਚ ਗਏ ਨੇ ਆਮ ਆਦਮੀ ਪਾਰਟੀ ਵਿੱਚ, ਕੇਂਦਰ ਵਿੱਚ ਹੋਣ ਜਾਂ ਪੰਜਾਬ 'ਚ ਜੀ, ਜੇ ਮਿਲ ਕੇ ਨਾ ਚੱਲੇ ਤਾਂ ਪਾਰਟੀ ਚੱਲਣੀ ਔਖੀ ਹੋਜੂ। ਜਿਹੜੇ ਦੁਨੀਆ ਭਰ ਦੇ ਪੰਜਾਬੀਆਂ ਨੇ ਇਹਨਾਂ ਦੇ ਉੱਤੇ ਭਰੋਸਾ ਰੱਖਿਆ ਜੀ, ਇਹਨਾਂ ਵਾਸਤੇ ਜੇਬਾਂ ਵੀ ਖਾਲੀ ਕੀਤੀਆਂ ਅਤੇ ਆਪ ਮੁਸ਼ਕਤ ਵੀ ਖੇਚਲ ਵੀ ਕੀਤੀ ਹੈ, ਭਜਨਸ ਵੀ ਕੀਤੀ ਹੈ, ਜਜ਼ਬਾਤੀ ਤੌਰ 'ਤੇ ਜੁੜੇ ਆ। ਬਿਲਕੁਲ, ਉਹਨਾਂ ਸਾਰਿਆਂ ਦੇ ਮਨ ਨੂੰ ਸੱਟ ਵੱਜੂਗੀ ਜੇ ਇੱਦਾਂ ਦੀ ਸੱਟ ਇੱਕ ਵਜੇ ਵਾਰੀ ਵੱਜ ਗਈ ਜੀ, ਅਤੇ ਅੱਗੇ ਤੋਂ ਫਿਰ ਪੰਜਾਬ 'ਚ ਤੀਸਰੇ ਬਦਲ ਦੀ ਭਾਵਨਾ ਕਈ ਸਾਲ ਪਿੱਛੇ ਜਾ ਪੈਣੀ ਹੈ, ਇਹਨਾਂ ਨੂੰ ਉਸ ਭਾਵਨਾ ਨੂੰ ਸੱਟ ਵੱਜਣ ਤੋਂ ਰੋਕਣਾ ਚਾਹੀਦਾ। ਬਿਲਕੁਲ ਜੀ, ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।